ਅ ਦੇਖੋ ਅਸੀਂ ਅੱਜ ਇੱਕ ਮਸਲਾ ਲੈ ਕੇ ਆ ਰਹੇ ਹਾਂ ਜਿਸ ਮਸਲੇ ਦੇ ਵਿੱਚ ਸਿੱਖ ਐਂਗਲ ਵੀ ਹੈ ਜਿਹੜਾ ਪ੍ਰੈਜ਼ੀਡੈਂਟ ਪੁਟਿਨ ਰਸ਼ੀਆ ਦਾ ਪੁਟਿਨ ਉਹ ਬੰਦਾ ਪਹਿਲਾਂ ਕੇਜੀਬੀ ਦਾ ਬਹੁਤ ਵੱਡਾ ਕਾਰਨਕੁਨ ਸੀ ਵੱਡੇ ਅਹੁਦੇ ਤੇ ਸੀ ਜਦੋਂ ਜੂਨ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਬੋਲਿਆ ਗਿਆ ਉਸ ਦੇ ਵਿੱਚ ਕੇ ਜੀ ਬੀ ਦੀ ਟੋਟਲ ਇਨਵੋਲਵਮੈਂਟ ਸੀ ਔਰ ਇਹ ਜਿਹੜਾ ਪ੍ਰੈਜ਼ੀਡੈਂਟ ਅੱਜ ਪ੍ਰੈਜ਼ੀਡੈਂਟ ਆ ਪੋਟਿਨ ਇਹ ਉਸ ਵੇਲੇ ਬੜਾ ਵੱਡਾ ਕਾਰਨਕੁਨ ਸੀ ਕੇ ਜੀ ਬੀ ਦਾ ਕੇ ਜੀ ਬੀ ਇੱਕ ਰਸ਼ੀਆ ਦੀ ਏਜੰਸੀ ਹੈ ਜਿਸ ਤਰ੍ਹਾਂ ਇੰਡੀਆ ਦੀ ਰਾ ਏਜੰਸੀ ਆ ਪਾਕਿਸਤਾਨ ਦੀ ਆਈ ਐਸ ਆਈ ਏਜੰਸੀ ਆ ਔਰ ਇਸੇ ਤਰੀਕੇ ਦੇ ਆ ਸਾਰੀ ਦੁਨੀਆ ਦੀਆਂ ਏਜੰਸੀਆਂ ਹੁੰਦੀਆਂ ਤੋ ਅਮ ਜਿਹੜੀਆਂ ਉਹ ਏਜੰਸੀਆਂ ਇਨਵੋਲਵ ਹੋਈਆਂ ਅਲੋਂਗ ਵਿਦ ਦੀ ਇੰਡੀਅਨ ਗਵਰਨਮੈਂਟ ਤਾਂ ਕਿ ਸਿੱਖਾਂ ਨੂੰ ਬਹੁਤ ਜ਼ਿਆਦਾ ਤਸ਼ੱਦਦ ਦਿੱਤਾ ਜਾਵੇ ਬਹੁਤ ਜ਼ਿਆਦਾ ਸਿੱਖਾਂ ਦਾ ਕਾਂਨ ਕੀਤਾ ਜਾਵੇ ਜਿਹੜਾ ਦਰਬਾਰ ਸਾਹਿਬ ਆ ਉਹ ਸਾਡਾ ਸੈਂਕਟਮ ਸੰਕਟੋਰਮ ਆ ਹੋਲੀਐਸਟ ਆਫ ਦੀ ਹੋਲੀ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ ਸਾਡਾ ਜੀਵਨ ਆ ਸਾਡੇ ਜਿਹੜੀ ਸਾਡਾ ਜੋ ਸਾਡੀ ਲਾਈਫ ਆ ਉਸ ਤੋਂ ਅਸੀਂ ਉੱਥੋਂ ਇਨਸਪੀਰੇਸ਼ਨ ਲੈਂਦੇ ਆ ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਜਿੱਥੋਂ ਅਸੀਂ ਇਨਸਪੀਰੇਸ਼ਨ ਲੈ ਕੇ ਦੁਨੀਆਂ ਦੇ ਵਿੱਚ ਵਿਚਰਦੇ ਹਾਂ ਤੋਂ ਉਸ ਨੂੰ ਤੈਸ਼ ਨਾਸ਼ ਕਰਨ ਦੇ ਲਈ ਕੇ ਜੀ ਬੀ ਜਿਸ ਦਾ ਉਸ ਵੇਲੇ ਕਾਰਨਕੁਨ ਵਲਦਮੀਰ ਜਿਹੜਾ ਪੋਥੀਨ ਹੈ ਉਹ ਉਸ ਵੇਲੇ ਉਸ ਦਾ ਬਹੁਤ ਵੱਡਾ ਕਾਰਨਕੁਨ ਸੀ ਔਰ ਉਸ ਕਾਰ ਉਸ ਵੇਲੇ ਦੀ ਕੇ ਜੀ ਬੀ ਨੇ ਇੰਦਰਾ ਗਾਂਧੀ ਦੇ ਨਾਲ ਰਲ ਕੇ ਇਸੇ ਤਰੀਕੇ ਦੀ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸੀ ਮਾਰਕਟ ਥੈਚਰ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦੀ ਉਸ ਦੇ ਵਿੱਚ ਵੀ ਉਸ ਨੇ ਮਤਲਬ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਇੰਡੀਆ ਦੀ سپورਟ ਤੇ ਲਾਈਆਂ ਉੱਥੇ ਰੈਕੀ ਕੀਤੀ ਦਰਬਾਰ ਸਾਹਿਬ ਦੇ ਵਿੱਚ ਹੈਲੀਕਾਪਟਰ ਭੇਜੇ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਮੈਂ ਇੱਥੇ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਇਸੇ ਕਿਸਮ ਦਾ ਅਟੈਕ ਆ ਜਿਹੜਾ ਮਤਲਬ ਪ੍ਰੈਜ਼ੀਡੈਂਟ ਪੁਟਿਨ ਉਹ ਯੂਕਰੇਨ ਚ ਕਰ ਰਿਹਾ ਖਾਮਖਾ ਇੱਕ ਆਜ਼ਾਦ ਮੁਲਕ ਡਿਊਲੀ ਇਲੈਕਟਿਡ ਉਹਨਾਂ ਦੀ ਸਰਕਾਰ ਆਪ ਇਹ ਇਲੈਕਸ਼ਨ ਤੋਂ ਮੁਨਕਰ ਹੈ ਇਸ ਨੇ ਉੱਤੇ ਆਪਣੀ ਇੱਕ ਤਰ੍ਹਾਂ ਦੀ ਆਟੋਕ੍ਰੈਟਿਕ ਤੇ ਜਿਹੜੀ ਆਟੋਕ੍ਰੈਟਿਕ ਗਵਰਨਮੈਂਟ ਐਸਟੈਬਲਿਸ਼ ਕੀਤੀ ਹੋਈ ਆ ਕਿਸੇ ਦੀ ਇਹ ਸੁਣਦਾ ਨਹੀਂ ਆਪੋਜੀਸ਼ਨ ਨੂੰ ਉਹ ਜੋਰਾ ਜਰਬੀ ਦੇ ਨਾਲ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ ਜਿਹੜਾ ਆਪੋਜੀਸ਼ਨ ਲੀਡਰ ਆ ਬਹੁਤ ਪਪੂਲਰ ਉੱਤੇ ਉਸ ਦੀ ਇਹ ਕੋਈ ਬਾਤ ਨਹੀਂ ਸੁਣਦਾ ਉਹਦੇ ਤੇ ਝੂਠੇ ਕੇਸ ਬਣਾ ਕੇ ਉਸ ਨੂੰ ਜ਼ਿਲ੍ਹਾ ਦੇ ਵਿੱਚ ਵਿਚਾਰੇ ਨੂੰ ਤੱਕੀ ਜਾਂਦਾ ਹੁਣ ਇੱਥੇ ਇੱਕ ਖਾਸ ਤੌਰ ਤੇ ਬੜੀ ਇੰਪੋਰਟੈਂਟ ਗੱਲ ਆ ਕਿ ਰਸ਼ੀਆ ਦੇ ਜਿਹੜੇ ਲੋਕ ਆ ਉਹ ਲੋਕ ਇਸ ਲੜਾਈ ਦੇ ਵਿਰੋਧ ਦੇ ਵਿੱਚ ਉੱਠ ਖੜੇ ਹੋਏ ਆ ਹ ਬڑے بڑے ਸ਼ਹਿਰਾਂ ਦੇ ਵਿੱਚ ਮਜ਼ਾਰੇ ਹੋਏ ਆ ਔਰ 5000 ਰਸ਼ੀਅਨ ਇਸ ਦੀ ਸਰਕਾਰ ਨੇ ਇਸ ਦੀ ਪੁਲਿਸ ਨੇ ਉਹਨਾਂ ਨੂੰ ਪ੍ਰੋਟੈਸਟ ਕਰਦਿਆਂ ਨੂੰ ਪੀਸਫੁੱਲ ਤੇ ਨੌਨ ਵਾਇਲੈਂਟ ਪ੍ਰੋਟੈਸਟ ਕਰਦਿਆਂ ਨੂੰ ਵਿਚਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦਿੱਤਾ। ਤੋਂ ਇਹ ਅਟੈਕ ਕੀਤਾ ਤਾਂ ਕਿ ਉਸ ਦਾ ਸਾਰਾ ਜਿਹੜਾ ਯੂਕ੍ਰੇਨ ਇੱਕ ਆਜ਼ਾਦ ਮੁਲਕ ਆ ਉਸ ਆਜ਼ਾਦ ਮੁਲਕ ਦੀ ਟੋਟਲ ਹیثیت ਹੀ ਖਤਮ ਕਰ ਦਿੱਤੀ ਜਾਵੇ। ਉਹਨੂੰ ਤੈਸ਼ ਨੈਸ਼ ਕਰ ਦਿੱਤਾ ਜਾਵੇ ਸਿਰਫ ਇਸ ਗੱਲ ਦੇ ਉੱਤੇ ਵੀ ਉਹ ਸ਼ਾਇਦ ਨੇਟੋ ਦੇ ਨਾਲ ਰਣ ਜਾ ਰਿਹਾ ਇੱਕ ਆਪਣੀ ਮਿੱਥ ਬਣਾਈ ਔਰ ਉਹ ਮਿੱਥ ਬਣਾ ਕੇ ਉਸ ਦੇ ਉੱਤੇ ਇਸ ਕਿਸਮ ਦੀ ਇਲਜ਼ਾਮ ਤਰਾਸੀ ਕਰਕੇ ਉਸ ਦੇ ਉੱਤੇ ਫੌਜਾਂ ਭੇਜ ਦਿੱਤੀਆਂ ਟੈਂਕਾਂ ਨਾਲ ਔਰ ਜਿਹੜੀ ਵਿਚਾਰੀ ਸਿਵਿਲਿਅਨ ਪਾਪੂਲੇਸ਼ਨ ਆ ਉਹਨਾਂ ਦੇ ਉਹਨਾਂ ਨੂੰ ਕਿੰਨਾ ਨੁਕਸਾਨ ਝੱਲਣਾ ਪੈ ਰਿਹਾ ਜਿਹਦੀ ਇੰਤਹਾ ਕੋਈ ਨਹੀਂ ਬੱਚਿਆਂ ਨੂੰ ਔਰਤਾਂ ਨੂੰ ਬੁੱਢੇ ਬੰਦਿਆਂ ਨੂੰ ਔਰਤਾਂ ਨੂੰ ਕਿਸ ਤਰੀਕੇ ਦੇ ਨਾਲ ਵਿਚਾਰਿਆਂ ਦੇ ਉੱਤੇ ਬੰਬ ਸਿੱਟੇ ਜਾ ਰਹੇ ਆ ਬਿਲਡਿੰਗਾਂ ਢਾਈਆਂ ਜਾ ਰਹੀਆਂ ਤੋਂ ਉਹ ਚਾਹੁੰਦਾ ਵੀ ਇਹ ਸਰੈਂਡਰ ਕਰ ਦੇਣ ਪਰ ਮੈਂ ਦਾਅ ਦਿਲਾ ਉਸ ਮੁਲਕ ਦੇ ਪ੍ਰੈਜ਼ੀਡੈਂਟ ਨੂੰ ਜਿਸ ਨੇ ਇਸ ਇਸ ਕਿਸਮ ਦਾ ਜਿਹੜਾ ਆਨਸਲਾਟ ਆ ਉਸ ਨੂੰ ਫੇਸ ਕਰਕੇ ਕਿਹਾ ਕਿ ਮੈਂ ਸਰੈਂਡਰ ਨਹੀਂ ਕਰੂੰਗਾ ਮੈਂ ਆਪਣੀ ਜਾਨ ਵੀ ਦੇ ਦੂੰਗਾ ਔਰ ਉੱਥੋਂ ਦੇ ਲੋਕ ਵੀ ਜਿਹੜੇ ਉਹ ਵੀ ਬੜੇ ਸੁਚੇਤ ਹੋਏ ਹੋਏ ਆ ਮੈਂ ਪਿੱਛੇ ਜੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਕਮਾਲ ਦੀ ਇੱਕ ਦੇਖੀ ਸੀ ਕੋ 7 ਸਾਲ ਦਾ ਬੱਚਾ ਉਹ ਪ੍ਰੋਟੈਸਟ ਕਰ ਰਿਹਾ ਜਦੋਂ ਕਿ ਜਿਹੜਾ ਰਸ਼ੀਨ ਆਰਮੀ ਦਾ ਸੋਲਜਰ ਆ ਉਹ ਫੁੱਲੀ ਆਰਮਡ ਆ ਔਰ ਉਸ ਨੂੰ ਕੋ ਕਹਿ ਰਿਹਾ ਗੋ ਬੈਕ ਫਰਮ ਹੇ ਗੋ ਬੈਕ ਫਰਮ ਹੇ ਉਹ ਇੱਕ ਸੁਣ ਚੱਕ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ 7 ਸਾਲ ਦਾ ਯੂਕਰੇਨੀਅਨ ਬੱਚਾ ਜਿਹੜਾ ਹੈਗਾ ਤੋਂ ਇਸ ਕਿਸਮ ਦੇ ਜਜ਼ਵਾਤ ਇਸ ਕਿਸਮ ਦਾ ਇਨਥਿਊਸਿਜ਼ਮ ਇਸ ਕਿਸਮ ਦੀ ਸਪਿਰਟ ਜਿਹੜੀ ਆ ਉੱਥੇ ਲੋਕਾਂ ਦੇ ਵਿੱਚ ਜਨਰੇਟ ਹੋਈ ਵੀ ਆ ਔਰ ਇੱਥੋਂ ਤੱਕ ਵੀ ਜਿਹੜੇ ਬਾਹਰ ਰਹਿ ਰਹੇ ਮੇਲ ਯੂਕਰੇਨੀਅਨਸ ਹੈਗੇ ਆ ਉਹ ਉੱਥੋਂ ਵਾਪਸ ਆ ਰਹੇ ਆ ਕਿ ਅਸੀਂ ਆਪਣੇ ਮੁਲਕ ਨੂੰ ਆਪਣੇ ਮੁਲਕ ਨੂੰ ਸੇਫਗਾਰਡ ਕਰਨਾ ਇਸ ਕਿਸਮ ਦੇ ਔਨ ਸਲੋਟ ਤੋਂ ਇਸ ਕਿਸਮ ਦੇ ਤਸ਼ੱਦਦ ਤੋਂ ਇਸ ਕਿਸਮ ਦੀ ਜਿਹੜੀ ਬਰਬਰਤਾ ਤੋਂ ਜਿਸ ਕਿਸਮ ਦੀ ਇਹ ਪੁਟਿਨ ਬਰਬਰਤਾ ਕਰ ਰਿਹਾ ਹੈ ਤੋਂ ਜਿਸ ਕਿਸਮ ਦੀ ਬਰਬਰਤਾ ਇਸ ਨੇ ਆਪਣੇ ਇਨਵੋਲਵਮੈਂਟ ਇੰਡੀਅਨ ਇੰਟੈਲੀਜੈਂਸ ਦੇ ਨਾਲ ਰੱਖ ਕੇ ਦਰਬਾਰ ਸਾਹਿਬ ਦੇ ਹਮਲੇ ਦੇ ਉੱਤੇ ਕੀਤੀ ਇਹ ਉਸੇ ਕਿਸਮ ਦਾ ਜ਼ਾਲਮ ਇਨਸਾਨ ਜਿਹੜਾ ਟੂਲਟੀ ਰੂਥਲੈਸ ਬਰੂਟਲ ਕ੍ਰਿਮੀਨਲ 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 ਆਈਸਡ ਮਾਈਂਡ ਆ ਇਸ ਬੰਦੇ ਦਾ ਔਰ ਇਸ ਕਿਸ ਮੈਂ ਮਤਲਬ ਮਤਲਬ ਸਾਰੀ ਸਿੱਖ ਜਗਤ ਨੂੰ ਇਹ ਸੁਚੇਤ ਕਰਨਾ ਚਾਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਯੂਕਰੇਨੀਅਨ ਆ ਉਹਨਾਂ ਦੀ ਮਦਦ ਕੀਤੀ ਜਾਵੇ ਕੋ ਢੰਗ ਜਿਸ ਤਰ੍ਹਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਜਿੱਥੇ ਵੀ ਇਸ ਕਿਸਮ ਦਾ ਮਾਨਵੀ ਸੰਕਟ ਹੁੰਦਾ ਉੱਥੇ ਜਾਂਦੀਆਂ ਉੱਥੇ ਫੂਡ ਸਪਲਾਈ ਕਰਦੀਆਂ ਹੋਰ ਦਵਾਈਆਂ ਦਿੰਦੀਆਂ ਤੋਂ ਇਸ ਕਿਸਮ ਦੇ ਜ਼ਾਲਮਾਨਾ ਜਿਹੜਾ ਉੱਥੇ ਹਮਲਾ ਹੋਇਆ ਹੈ ਔਰ ਉਹ ਲਗਾਤਾਰ ਕੰਟੀਨਿਊ ਕਰ ਰਿਹਾ ਹੈ ਔਰ ਉਹ ਲੋਕ ਵਿਚਾਰੇ ਆਪਣੇ ਕਈ ਤਾਂ ਲੋਕ ਉੱਥੋਂ ਉੱਜੜ ਕੇ ਬੱਚੇ ਤੇ ਔਰਤਾਂ ਜਿਹੜੀਆਂ ਵਿਚਾਰੀਆਂ ਆਪਣੇ ਬੱਚਾ ਛੋਟੇ ਛੋਟੇ ਬੱਚਾ ਨੂੰ ਲੈ ਕੇ ਮਾਈਗ੍ਰੇਟ ਕਰ ਗੀਆਂ 5 ਲੱਖ ਤੋਂ ਵੱਧ ਰਿਫਿਊਜੀ ਆ ਜਿਹੜੇ ਉਹ ਨਾਲ ਦੇ ਮੁਲਕਾਂ ਚ ਪੋਲੈਂਡ ਤੋਂ ਇਸ ਕਿਸਮ ਦੇ ਜਿਹੜੇ ਨਾਲ ਲੱਗਦੇ ਮੁਲਕ ਆ ਉਹਨਾਂ ਦੇ ਵਿੱਚ ਬਚਾਰੇ ਗਏ ਆ ਉੱਥੇ ਉਹਨਾਂ ਨੇ ਸ਼ੈਲਟਰ ਲਈ ਤੋ ਇਹ ਇਹ ਜਿਹੜਾ ਆਦਮੀ ਆ ਪੁਤਿਨ ਇਸ ਨੇ ਬਹੁਤ ਸਾਰਾ ਸਰਮਾਇਆ ਰਿਸ਼ਵਤ ਖੋਰੀ ਦੇ ਨਾਲ ਉਸ ਮਿਲਕ ਦੇ ਵਿੱਚੋਂ ਕੱਢ ਕੇ ਦੂਸਰੇ ਮੁਲਕਾਂ ਦੇ ਵਿੱਚ ਉਹਨੇ ਕੀਤਾ ਹੈ ਔਰ ਜਿਹੜੇ ਹੁਣ ਦੂਸਰੇ ਮੁਲਕਾਂ ਆ ਉਹਨਾਂ ਨੇ ਸਾਰੀ ਇਸ ਦੀ ਪ੍ਰਾਪਰਟੀ ਫ੍ਰੀਜ਼ ਕਰ ਲਈਏ ਸੈਂਕਸ਼ਨਸ ਲਾ ਦਿੱਤੀਆਂ ਇਸ ਦੇ ਉੱਤੇ ਜਿਹੜੀਆਂ ਬੜੀਆਂ ਘਾਤਕ ਆ ਔਰ ਇਸ ਕਿਸਮ ਦੀਆਂ ਸੈਂਕਸ਼ਨਸ ਮੈਂ ਸਮਝਦਾ ਦੁਨੀਆ ਦੇ ਵਿੱਚ ਪਹਿਲੀ ਵਾਰ ਲੱਗੀਆਂ ਕਿਸੇ ਮੁਲਕ ਦੇ ਉੱਤੇ ਜਿਸ ਜਿਸ ਕਿਸਮ ਦੀਆਂ ਸੈਂਕਸ਼ਨਸ ਜਿਹੜੀਆਂ ਅੱਜ ਰਸ਼ੀਆ ਦੇ ਉੱਤੇ ਸਾਰੇ ਮੁਲਕਾਂ ਨੇ ਵੈਸਟਰਨ ਕੰਟਰੀਜ਼ ਨੇ ਲਾ ਦਿੱਤੇ ਇਹਨਾਂ ਦੇ ਬੈਂਕਾਂ ਦੇ ਅਕਾਊਂਟ ਫ੍ਰੀਜ਼ ਕਰ ਲਏ ਆ ਔਰ ਜਿਹੜਾ ਰੂਬਲ ਹੈ ਇਹਨਾਂ ਦੀ ਕਰੰਸੀ ਹੈ ਐਕਸਕਿਊਜ਼ ਇਹਨਾਂ ਦੀ ਕਰੰਸੀ ਆ ਉਹ ਆ 5 6 ਦਿਨਾਂ ਦੇ ਵਿੱਚ 40% نیچے ਆ ਗਈ ਆ ਔਰ ਉੱਥੇ ਰਸ਼ੀਆ ਦੇ ਵਿੱਚ ਹਫੜਾ ਧਫੜੀ ਮੱਚ ਚੁੱਕੀ ਆ ਕਿਉਂਕਿ ਉੱਥੇ ਜਦੋਂ ਲੋਕ ਬੈਂਕਾਂ ਵਿੱਚੋਂ ਘਟਾਉਣ ਜਾ ਰਹੇ ਆ ਪੈਸੇ ਤਾਂ ਉਹ ਪੈਸੇ ਦੀ ਕੋਈ ਕੀਮਤ ਹੀ ਨਹੀਂ ਰਹੀ ਮਤਲਬ 40% ਕਰੰਸੀ ਜਿਹੜੀ ਆ 5 ਦਿਨਾਂ ਦੇ ਵਿੱਚ نیچے ਆ ਗਈ ਬਹੁਤ ਵੱਡਾ ਇੱਕ ਇਕਨੋਮਿਕ ਕ੍ਰਾਈਸਿਸ ਉਸ ਮੁਲਕ ਉਹ ਮੁਲਕ ਫੇਸ ਕਰ ਰਿਹਾ ਪਰ ਇਸ ਆਦਮੀ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਇਹ ਜਿਹੜਾ ਪ੍ਰੋਟੀਨ ਪ੍ਰੈਜ਼ੀਡੈਂਟ ਪ੍ਰੋਟੀਨ ਆ 셀ਫ ਸਟਾਈਲਡ ਪ੍ਰੈਜ਼ੀਡੈਂਟ ਹੈ ਮਤਲਬ ਜ਼ੋਰਾ ਜਰਬੀ ਦੇ ਨਾਲ ਪ੍ਰੈਜ਼ੀਡੈਂਟ ਬਣਿਆ ਹੋਇਆ ਡੈਮੋਕ੍ਰੈਟਿਕ ਵੈਲਿਊਜ਼ ਦਾ ਇਸ ਦੇ ਉੱਤੇ ਕੋਈ ਅਸਰ ਨਹੀਂ ਇਸ ਦੇ ਉੱਤੇ ਹਿਊਮਨ ਰਾਈਟਸ ਦਾ ਕੋਈ ਅਸਰ ਨਹੀਂ ਤੋਂ ਇਸ ਕਿਸਮ ਦਾ ਜ਼ੁਲਮ ਉਸੇ ਤਮੇ ਕਰਦਾ ਆ ਰਿਹਾ ਤੋਂ ਹੁਣ ਲੋੜ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਇਸ ਦੀ ਆਪੋਜੀਸ਼ਨ ਕੀਤੀ ਜਾਵੇ ਮੈਂ ਮਤਲਬ ਸਿੱਖ ਜਥੇਬੰਦੀਆਂ ਖਾਸ ਤੌਰ ਤੇ ਜਿਹੜੀਆਂ ਅਮਰੀਕਾ ਦੇ ਵਿੱਚ ਰਹਿ ਰਹੀਆਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਯੂਐਨਓ ਦੇ ਵਿੱਚ ਇੱਕ ਰਿਪਰੈਜ਼ੈਂਟੇਸ਼ਨ ਦੇਣ ਕਿ ਇਸ ਬੰਦੇ ਦਾ ਕੀ ਕੈਰੈਕਟਰ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਬੰਦਾ ਡੇ 1 ਤੋਂ ਹੀ ਇਸ ਕਿਸਮ ਦਾ ਇਨਸਾਨ ਆ ਜਿਸ ਦੇ ਵਿੱਚ ਕੋਈ ਵੀ ਹਿਊਮਨ ਵੈਲਿਊਜ਼ ਨਹੀਂ ਹੈ ਜਿਹੜਾ ਰੂਥਲੈਸ ਆ ਜਿਹੜਾ ਜਿਹੜਾ ਬਹੁਤ ਬੜਾ ਬਰੂਟਲ ਆ ਰਿਪਰੈਸਿਵ ਆ ਆਪਰੈਸਿਵ ਆ ਔਰ ਕਿਸੇ ਵੀ ਵੈਲਿਊਜ਼ ਦੇ ਉਹ ਇਸ ਬੰਦੇ ਨੂੰ ਕੋਈ ਰਿਸਪੈਕਟ ਨਹੀਂ ਜਿਸ ਤਰ੍ਹਾਂ ਦਲਵਾਰ ਸਾਹਿਬ ਦੇ ਵਿੱਚ ਇਹ ਬੰਦਾ ਉੱਥੇ ਹਿੰਦੁਸਤਾਨ ਦੀ ਉਸ ਵੇਲੇ ਦੀ ਸਰਕਾਰ ਦੇ ਨਾਲ ਖੜਾ ਹੋ ਕੇ ਉੱਥੇ ਸਾਡੇ ਲੋਕਾਂ ਦੇ ਉੱਤੇ ਜਿਹੜੇ ਵਿਚਾਰੇ ਪਿਲਗ੍ਰਿਮ ਸੀਗੇ ਜਿਹੜੇ ਉੱਥੇ ਗਏ ਵੇ ਸੀ ਦਰਬਾਰ ਸਾਹਿਬ ਦੇ ਚ ਬੱਚਿਆਂ ਦੇ ਉੱਤੇ ਬੁੱਢਿਆਂ ਦੇ ਉੱਤੇ ਬੁੱਢੀਆਂ ਦੇ ਉੱਤੇ ਜ਼ੁਲਮੋ ਸਿੱਤਮ ਹੋਇਆ ਖੂਨ ਖਰਾਬਾ ਹੋਇਆ ਉਸ ਦਾ ਹੈ ਉਸ ਦਾ ਹੀ ਪਾਰਟਿਸਪੈਂਟ ਹੈ ਇਕ ਗੁਨਾਹਗਾਰ ਹੈ ਇਸ ਜ਼ਾਲਮ ਹੈ ਇਸ ਦੇ ਇਸ ਇਸ ਦੇ ਵਿੱਚ ਜਿਹੜੀ ਇਨਸਾਨੀ ਖੂਨ ਦੀ ਕੋਈ ਕਦਰ ਕੋਈ ਕਦਰਾਂ ਕੀਮਤਾ ਨਹੀਂ ਹੈਗੀ ਇਹਦੀ ਇਹਦੀ ਮਾਨਸਿਕਤਾ ਦੇ ਵਿੱਚ ਇਸ ਦੀ ਹਰ ਪਹਿਲੂ ਤੋਂ ਹਰ ਪੱਖ ਤੋਂ ਮਤਲਬ ਇਸ ਦੀ ਆਪੋਜੀਸ਼ਨ ਹੋਣੀ ਚਾਹੀਦੀ ਹੈ ਪਰ ਇਹਦੇ ਨਾਲ ਉਸ ਵੇਲੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਮਾਰਗਰੇਟ ਥੈਚਰ ਉਸ ਨੇ ਵੀ ਉਸੇ ਤਰੀਕੇ ਦੀ ਬਰਬਰਤਾ ਕੀਤੀ ਸਿੱਖਾਂ ਦੇ ਨਾਲ ਜਿਸ ਕਿਸਮ ਦੀ ਇਸ ਆਦਮੀ ਨੇ ਕੇਜਬੀ ਨੇ ਜਿਹੜੀ ਰਸ਼ੀਅਨ ਦੀ ਇੰਟੈਲੀਜੈਂਸ ਏਜੰਸੀ ਸੀ ਉਸ ਨੇ ਕੀਤੀ ਹੈ। ਤੋਂ ਇਹ ਸਾਰੇ ਜਿਹੜੇ ਡਾਕੂਮੈਂਟ ਹੈ ਸੀਕ੍ਰੀਟ ਡਾਕੂਮੈਂਟ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਕਿ 30 ਸਾਲ ਤੋਂ ਬਾਅਦ ਡੀ ਕਲਾਸੀਫਾਈ ਹੋ ਜਾਂਦੇ ਆ ਲੇਕਿਨ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹੋਏ ਘਾਤਕ ਹਮਲੇ 1984 ਜੂਨ 84 ਵਾਲੇ ਦੇ ਉਹਲੀ ਕਲਾਸੀਫਾਈ ਨਹੀਂ ਕੀਤੇ ਇਸ ਕਰਕੇ ਨਹੀਂ ਕੀਤੇ ਕਿਉਂਕਿ ਉਸ ਦੇ ਵਿੱਚ ਜਿਹੜੀ ਇਸ ਮੁਲਕ ਦੀ ਸਰਕਾਰ ਦੀ ਬਦਨੀਤੀ ਸਿੱਖਾਂ ਦੇ ਨਾਲ ਜਗ ਜਹਰ ਹੁੰਦੀ ਆ ਔਰ ਇਸੇ ਤਰੀਕੇ ਨਾਲ ਇਸੇ ਇਸ ਮੁਲਕ ਦੀ ਹੀ ਨਹੀਂ ਬਲਕਿ ਇਸ ਕਿਸਮ ਦੀਆਂ ਜਿਹੜੀਆਂ ਬਾਹਰਲੀਆਂ ਏਜੰਸੀਆਂ ਜਿਨ੍ਹਾਂ ਨੇ ਆਪਣੇ ਫਾਈਨੈਂਸ਼ੀਅਲ ਰੀਜਨਸ ਕਰਕੇ ਸਿੱਖਾਂ ਦੇ ਉੱਤੇ ਇਸ ਕਿਸਮ ਦਾ ਜ਼ੁਲਮੋ ਸਤਮ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਦੀ ਵੀ ਜਿਹੜੀਆਂ ਇਸ ਕਿਸਮ ਦੀਆਂ ਸੀਕ੍ਰੀਟ ਜਿਹੜੇ ਡਾਕੂਮੈਂਟਸ ਆ ਉਸ ਨੂੰ ਡੀਕਲਾਸੀਫਾਈ ਨਹੀਂ ਕੀਤਾ ਇੰਗਲੈਂਡ ਦੇ ਵਿੱਚ ਦੇਖੋ ਉਹਨਾਂ ਨੇ ਨਹੀਂ ਕੀਤਾ ਔਰ ਕੇਸ ਚੱਲ ਰਿਹਾ ਉੱਥੇ ਕੋਰਟ ਦੇ ਵਿੱਚ ਵੀ ਉਹਨਾਂ ਨੂੰ ਡੀਕਲਾਸੀਫਾਈ ਕਰੋ ਦੱਸੋ ਕਿਸ ਕਿਸਮ ਦੀ ਤੁਹਾਡੀ ਇਨਵੋਲਵਮੈਂਟ ਸੀ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ ਸੀ ਤੋਂ ਇਸ ਕਰਕੇ ਜ਼ਰੂਰਤ ਹੈ ਕਿ ਸਿੱਖ ਇਸ ਗੱਲ ਤੋਂ ਸੁਚੇਤ ਹੋ ਜਾਣ ਕਿ ਇਹ ਬੰਦਾ ਕੀ ਹੈ ਔਰ ਇਸ ਦੀ ਹਰ ਤਰੀਕੇ ਨਾਲ ਹਰ ਪਹਿਲੂ ਤੋਂ ਇਸ ਦੀ مخالਫਤ ਕੀਤੀ ਜਾਵੇ ਯੂਨੋ ਦੇ ਵਿੱਚ ਰਿਪਰੈਜੈਂਟੇਸ਼ਨ ਦਿੱਤੀਆਂ ਜਾਣ ਮੁਜ਼ਾਰੇ ਕੀਤੇ ਜਾਣ ਤਾਂ ਕਿ ਇਹ ਦੱਸਿਆ ਜਾਵੇ ਸਾਰੀ ਦੁਨੀਆ ਨੂੰ ਕਿ ਇਸ ਦੀ ਬਰਬਰਤਾ ਯੂਕਰੇਨ ਤੇ ਹੀ ਨਹੀਂ ਰਸ਼ੀਆ ਵਿੱਚ ਹੀ ਨਹੀਂ ਬਲਕਿ ਇਸ ਦਾ ਮਾਨਸਿਕ ਮਤਲਬ ਸੰਤੁਲਨ ਹੀ ਇਸ ਕਿਸਮ ਦਾ ਹੈ ਕਿ ਇਹ ਹਰ ਹਮੇਸ਼ਾ ਜਿੱਥੇ ਵੀ ਇਹਨੂੰ ਕੋਈ ਅਪਰਚੂਨਿਟੀ ਮਿਲਦੀ ਹੈ ਜਿੱਥੇ ਵੀ ਕੋਈ ਇਸ ਕਿਸਮ ਦੀ ਅਪਰਚੂਨਿਟੀ ਇਹਦੇ ਹੱਥ ਵਿੱਚ ਆਉਂਦੀ ਹੈ ਇਸ ਕਿਸਮ ਦੀਆਂ ਕਰਤੂਤਾ ਕਰਦਾ ਔਰ ਇੱਥੇ ਵੀ ਤੁਹਾਨੂੰ ਮੈਂ ਦੱਸ ਦਿੰਦਾ ਅਰਬਾਂ ਖਰਬਾਂ ਡਾਲਰ ਇਸ ਬੰਦੇ ਨੇ ਆਪਣੀਆਂ ਪ੍ਰਾਪਰਟੀਆਂ ਦੂਸਰੇ ਯੂਰੋਪੀਅਨ ਕੰਟਰੀਜ਼ ਦੇ ਵਿੱਚ ਬਣਾਈਆਂ ਅਮਰੀਕਾ ਦੇ ਵਿੱਚ ਬਣਾਈਆਂ ਉਹ ਤਾਂ ਉਹਨਾਂ ਨੇ ਡੀਫ੍ਰੀਜ਼ ਕਰ ਲਈਆਂ ਬੜੀ ਚੰਗੀ ਗੱਲ ਕੀਤੀ ਹੈ ਔਰ ਚੈਲਸੀ ਇੱਕ ਬਹੁਤ ਵੱਡਾ ਬਹੁਤ ਹੀ ਵੱਡਾ ਕਲੱਬ ਆ ਫੁੱਟਬਾਲ ਦਾ ਜਿਹੜਾ ਇੰਗਲੈਂਡ ਦਾ ਕਲੱਬ ਆ ਉਸ ਦੇ ਕੋਲ ਮਲਟੀ ਬਿਲੀਨੀਅਰ ਦਾ سرمਾਇਆ ਹੈ ਇਸ ਬੰਦੇ ਦੀ ਉੱਥੇ ਇਨਵੈਸਟਮੈਂਟ ਹੈ ਜਿਹੜੀ ਹੁਣ ਸਾਹਮਣੇ ਆ ਚੁੱਕੀ ਆ ਸਾਰੀ ਦੁਨੀਆ ਦੇ ਤੋਂ ਅੱਜ ਜ਼ਰੂਰਤ ਹੈ ਕਿ ਸਾਰੀ ਦੁਨੀਆ ਇਸ ਦੇ ਖਿਲਾਫ ਖੜੀ ਹੋ ਜਾਵੇ ਜਿਹੜੇ ਮਾਨਵਤਾ ਦੇ ਵਿੱਚ ਬਲੀਵ ਕਰਦੇ ਆ ヒューਮਨ রাইটস ਦੇ ਵਿੱਚ ਵਿਸ਼ਵਾਸ ਰੱਖਦੇ ਆ ਔਰ ਜਿਸ ਤਰੀਕੇ ਨਾਲ ਜਿਸ ਤੰਗ ਦੇ ਨਾਲ ਇਸ ਦੀ ਮੁਖਾਲਫਤ ਹੋ ਕੀਤੀ ਜਾਵੇ ਤਾਂ ਕਿ ਇਸ ਬੰਦੇ ਦਾ ਇਸ ਕਿਸਮ ਦਾ ਜਿਹੜਾ ਆਊਟਲੁੱਕ ਆ ਇਹ ਹੀ ਬੰਦਾ ਜ਼ਿੰਮੇਵਾਰ ਹੋਏਗਾ ਜੇ ਥਰਡ ਵਾਰਡ ਵਾਰ ਹੋਈ ਔਰ ਕਿਸ ਤਰੀਕੇ ਨਾਲ ਕਿਸ ਬਰਬਰਤਾ ਦੇ ਨਾਲ ਕਿਸ ਬੇਰਹਿਮੀ ਦੇ ਨਾਲ ਕਿਸ ਮਤਲਬ ਜ਼ੁਲਮੋ ਸਤਮ ਦੇ ਆਊਟਲੁੱਕ ਦੇ ਨਾਲ ਇਹ ਉੱਥੇ ਦੇ ਲੋਕਾਂ ਦੇ ਉੱਤੇ ਵਿਚਾਰੇ ਜਿਹੜੇ ਲੋਕ ਆ ਉੱਥੇ ਦੇ ਉਹਨਾਂ ਦੇ ਉੱਤੇ ਜ਼ੁਲਮੋ ਸਤਮ ਕਰ ਰਿਹਾ ਤੋ ਇਹੀ ਮੇਰੀ ਬੇਨਤੀ ਆ ਕਿ ਮੈਂ ਆਪਣੀ ਕੌਮ ਦੇ ਲੋਕਾਂ ਨੂੰ ਇਸ ਜਿਹੜਾ ਜ਼ਾਲਮ ਹੈ ਉਸ ਦੀ ਜਿਹੜੀ ਉਸ ਦਾ ਜਿਹੜਾ ਕਰਦਾਰ ਆ ਉਹ ਨੰਗਾ ਕਰਾਂ ਔਰ ਬੇਨਤੀ ਕਰਾਂ ਸਿੱਖ ਕਮਿਊਨਿਟੀ ਨੂੰ ਖਾਸ ਤਰ੍ਹਾਂ ਦੇਚ ਅਮਰੀਕਾ ਵਿੱਚ ਰਹਿੰਦੀ ਵੀ ਯੂਐਨਓ ਦੇ ਵਿੱਚ ਜਾ ਕੇ ਇਹ ਮੁਜ਼ਾਰਾ ਕਰਨ ਇਹ ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਵੀ ਇਸ ਇਸ ਆਦਮੀ ਨੇ ਸਾਡੇ ਤੇ ਵੀ ਇਸ ਕਿਸਮ ਦਾ ਜ਼ੁਲਮ ਔ ਸਤਮ ਦੇ ਵਿੱਚ ਇਨਵੋਲਵਮੈਂਟ ਸੀਗੀ ਇਸ ਆਦਮੀ ਦੀ ਜਦੋਂ ਇਹ ਕੇਜੀਬੀ ਦਾ ਕਾਰਨ ਕੌਣ ਸੀ ਤੋਂ ਇਹ ਹੀ ਮੇਰੀ ਅਖੀਰ ਦੇ ਵਿੱਚ ਬੇਨਤੀ ਹੈ ਵੀ ਇਸ ਨੂੰ ਪ੍ਰਚਾਰਿਆ ਜਾਵੇ ਦੱਸਿਆ ਜਾਵੇ ਤਾਂ ਕਿ ਇਸ ਜ਼ਾਲਮ ਦੇ ਜਿਹੜੇ ਜ਼ੁਲਮ ਉਹ ਨੰਗੇ ਹੋਣ ساری ਦੁਨੀਆ ਦੇ ਵਿੱਚ ਹਰ ਪਹਿਲੂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ